लुधियाना दे चंडीगढ़ रोड ते थाना जमालपुर इलाके अधीन आउंदे फ्रेंड कलोनी नजदीक मामूली कहा सुनी तो बाद गोलियां चलन दा मामला सामने आया है। हालांकि इस घटना विच किसी दे भी जख्मी होने की कोई सूचना नहीं मिली। मौके ते पहुंचे पुलिस ने मामले की जांच शुरू कर दी है। पीड़ित नौजवान ने दस्या उन्हां दा अपने किसी रिश्तेदार नाल मन मुटाव चल रहा है, जिस कारण उस नौजवान ने उत्थे आके उन्हां उपर हवाई फायर किते अते मौके तो फरार हो गए। उत्थे ही मौके ते पहुंचे पुलिस ने कहा कि गोलियां चलन की सूचना मिली सी, जिस तों बाद उत्थे पहुंचे हन। उन्हां कहा कि दो गोलियां चलन की गल सामने आई है ते दो मोटरसाइकिल ते आए दो नौजवान वालों गोली चलाई गई है। बाकी मामले की जांच जारी है। जे न्यूज पंजाबी लई लुधियाणा तो प्रदीप भंडारी की रिपोर्ट। भाजी केड़ा एरिया है और इत्थे की मामला होया? मुंडियां कला न्यू जी टी वी नगर है। मुंडा अंदर बैठा सी, आवाज आई है मतलब दो बार गोली चली है, मतलब अंदर बैठा सी ते नाल गुआंढी जो बाहर निकलिया जानू कहिंदे वो मतलब जो अगे पेंट करता बंदा उन्हें देखा, तीन बंदे आए थे कोई नहीं। ਭਾਜੀ ਇਹ ਮੇਰਾ ਮਸਲਾ ਹੈਗਾ ਆ, ਮੇਰੀ ਜਿਹੜੀ ਘਰਵਾਲੀ ਹੈ ਪੂਜਾ, ਉਹਦੇ ਨਾਲ ਮੇਰੀ ਮਾਸੀ ਦੇ ਮੁੰਡਿਆਂ ਦੇ ਥੋੜ੍ਹੇ ਨਜਾਇਜ਼ ਸੰਬੰਧ, ਉਹ ਕਰੈਕਟਰਲੈਸ ਜਨਾਨੀ ਹੈਗੀ ਹੈ। ਅਤੇ ਇਹ ਜਦੋਂ ਮੈਨੂੰ ਇਹਨਾਂ ਦੀਆਂ ਹਰਕਤਾਂ ਦਾ ਪਤਾ ਚੱਲਿਆ ਅਤੇ ਇਹ ਫਿਰ ਮੈਨੂੰ ਹੁਣ ਰਾਹ 'ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਪਏ ਨੇ ਰਲ ਕੇ ਸਾਰੇ, ਜਿਹਦੇ ਵਿੱਚ ਮੇਰੀ ਮਾਸੀ ਮਾਸੜ ਅਤੇ ਉਹਨਾਂ ਦੇ ਦੋਵੇਂ ਮੁੰਡੇ ਅਤੇ ਪਲੱਸ ਮੇਰੀ ਘਰਵਾਲੀ ਪੂਜਾ, ਇਹ ਸਾਰੇ ਰਲ ਕੇ ਇਹਨਾਂ ਨੇ ਅੱਗੇ ਵੀ ਇੱਕ ਵਾਰੀ ਮੈਨੂੰ ਦੁੱਧ ਵਿੱਚ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਫਿਰ ਇਹਨਾਂ ਨੇ ਮੇਰੀ ਮਾਸੀ ਮੁੰਡਿਆਂ ਨੇ ਅਤੇ ਇਹਨਾਂ ਨੇ ਮੈਨੂੰ ਆਪਣੇ ਘਰ ਮਾਰਕੁੱਟ ਵੀ ਕੀਤੀ ਸੀ ਜਦੋਂ ਮੈਂ ਇਹਨਾਂ ਦੀਆਂ ਰਿਕਾਰਡਿੰਗਾਂ ਫੜ ਲਈਆਂ ਸੀਗੀਆਂ ਮੌਕੇ 'ਤੇ। ਜਦੋਂ ਮੈਂ ਇਹਨਾਂ ਦੀ ਰਿਕਾਰਡਿੰਗਾਂ ਫੜੀਆਂ ਇਹਨਾਂ ਨੇ ਮੇਰੇ ਨਾਲ ਹੱਥੋਂ ਪਾਈ ਕੀਤੀ ਸੀਗੀ, ਅਤੇ ਇਸ ਚੀਜ਼ ਦੇ ਬਾਰੇ ਮੈਂ ਫਿਰ ਦਰਖਾਸਤ ਦਿੱਤੀ ਸੀ ਕਮਿਸ਼ਨਰ ਅੰਮ੍ਰਿਤਸਰ 'ਚ ਅਤੇ ਡੀ ਜੀ ਪੀ ਪੰਜਾਬ ਅਤੇ ਸੀ ਐੱਮ ਸਾਹਿਬ ਨੂੰ ਮੈਂ ਦਰਖਾਸਤ ਭੇਜੀ ਕਿ ਮੇਰੇ ਨਾਲ ਆਹ ਵਾਕਿਆ ਹੋ ਚੁੱਕਿਆ ਆ ਅਤੇ ਮੈਨੂੰ ਗੁੰਡਾ ਅੰਸਰਾਂ ਤੋਂ ਮਰਵਾਉਣ ਦੀਆਂ ਚੁਕਾਉਣ ਦੀਆਂ ਧਮਕੀਆਂ ਮਿਲ ਰਹੀਆਂ ਆ, ਜਿਹਦੀਆਂ ਮੇਰੇ ਕੋਲ ਰਿਕਾਰਡਿੰਗਾਂ ਵੀ ਹੈਗੀਆਂ ਆ, ਜਿਹਦੇ ਵਿੱਚ ਰਵੀਨ ਮਹਿਮੀ ਅਤੇ ਨਵੀਨ ਮਹਿਮੀ ਅਤੇ ਮਗਰ ਉਹਨਾਂ ਦੀ ਮਦਰ ਵੀ ਬੋਲਦੀ ਪਈ ਹੈ ਕੁਛ, ਅਤੇ ਇਹਨਾਂ ਨੇ ਮੈਨੂੰ ਜਦੋਂ ਆਪਣੇ ਧਮਕੀਆਂ ਲਾਈਆਂ ਸੀ ਤਾਂ ਉਸ ਤੋਂ ਲੈਦਾ ਫਿਰ ਇੱਕ ਇਹਨਾਂ ਨੇ ਕੋਈ ਫਲੋਰ ਦਾ ਕੋਈ ਹੋਏਗਾ ਕੋਈ ਗੁੰਡਾ ਜਾਂ ਬਦਮਾਸ਼, ਉਹ ਤੋਂ ਮੈਨੂੰ ਫੋਨ ਕਰਾਇਆ ਇਹਨਾਂ ਨੇ। ਪੁਲਿਸ ਮੈਂ ਕਾਲ ਕੀਤੀ ਸੀ ਤੇ ਉਹ ਮੌਕੇ ਤੇ ਆ ਹੀ ਗਏ ਸੀ ਤਕਰੀਬਨ ਸਾਰੇ ਥੋੜੀ ਦੇਰ ਬਾਅਦ। ਨਹੀਂ ਨਹੀਂ ਉਹਨਾਂ ਨੂੰ ਨਹੀਂ ਮੈਂ ਜਾਣਦਾ। ਹਾਂ ਕਿਉਂ ਹੋਰ ਕਿਸੇ ਨਾ ਮੇਰੀ ਜੀ ਲਾਗ ਡਾਡ ਹੀ ਨਹੀਂ, ਮੈਂ ਤਾਂ ਕਦੀ ਥੱਪੜ ਨਹੀਂ ਮਾਰਿਆ। ਮੈਂ ਇੱਥੇ 5 ਸਾਲ ਤੋਂ। ਨਹੀਂ 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 ਰੈਂਟ 'ਤੇ ਮੇਰੀ ਪ੍ਰੋਪਰ ਰਿਹਾਇਸ਼ ਪਹਿਲਾਂ ਫਗਵਾੜੇ ਸੀਗੀ ਅਤੇ ਰਹਿਣ ਵਾਲਾ ਮੈਂ ਅੰਮ੍ਰਿਤਸਰ ਦਾ, ਅਤੇ ਆ ਕੁਝ ਸਮਾਂ ਦਾ ਜਦੋਂ ਤਾਂ ਮੇਰੀ ਘਰਵਾਲੀ ਦਾ ਇਹਨਾਂ ਮੁੰਡਿਆਂ ਦੇ ਨਾਲ ਥੋੜ੍ਹਾ ਗਲਤ ਅਨਸਰਾਂ ਦੇ ਨਾਲ ਇਹਦੀ ਬਹਿਣੀ ਖਲੋਣੀ ਹੋਣ ਲੱਗ ਪਈ ਅਤੇ ਉਹਨਾਂ ਨੇ ਮੈਨੂੰ ਲੜਾਈ ਚੜ੍ਹਾਈ ਕਰਕੇ ਘਰੋਂ ਭਜਾ ਦੇਣਾ। ਹਮੇਸ਼ਾ ਇਹਨਾਂ ਦਾ ਇਹੀ ਕੋਸ਼ਿਸ਼ ਰਹੀ ਕਿ ਇਹ ਘਰ ਨਾਲ ਰਹਿ ਸਕੇ, ਇਹਨਾਂ ਨੇ ਮੈਨੂੰ ਘਰੋਂ ਕੱਢ ਦੇਣਾ। ਕਿੱਥੇ ਰਹਿ ਰਹੇ ਹੋ ਨਾਓ ਪ੍ਰੈਜ਼ੈਂਟ? ਨਾ ਉਹ ਹੁਣ ਮੈਂ ਅੰਮ੍ਰਿਤਸਰ ਜਾਣਾ ਸੀਗਾ। ਡੇਲੀ ਅਪ ਡਾਊਨ ਕਰਦੇ ਹੋ? ਨਹੀਂ ਨਹੀਂ ਮੈਂ ਹੁਣ ਅੰਮ੍ਰਿਤਸਰੋਂ ਨਹੀਂ ਡੇਲੀ ਅਪ ਡਾਊਨ ਕਰਦਾ ਹੁੰਦਾ, ਜਾਣੀ ਕਿ ਅੰਮ੍ਰਿਤਸਰੋਂ ਮੈਂ ਜਿੱਦਣ ਕੋਈ ਜ਼ਿਆਦਾ ਕੋਈ ਇਮੀਡੀਏਟਲੀ ਕੰਮ ਹੋਵੇ ਮੈਂ ਉਦੋਂ ਇੱਥੇ ਆਉਂਦਾ ਸੀ, ਅਤੇ ਸਾਡਾ ਇੱਕ ਦਫ਼ਤਰ ਪਾਣੀਪਤ ਹੈਗਾ ਅਤੇ ਮੈਂ ਜ਼ਿਆਦਾ ਪਾਣੀਪਤ ਹੀ ਬੈਠਦਾ ਹੈਗਾ, ਹਾਂ ਉੱਥੇ ਰੈਂਟ 'ਤੇ। ਟੀ ਵੀ ਨਗਰ ਦੇ ਵਿੱਚ ਅਜੇ ਕੁਮਾਨਾ ਦਾ ਬੰਦਾ ਵਾ, ਦੁਕਾਨ ਕਰਦਾ ਵਾ, ਦੋ ਨੌਜਵਾਨ ਆਏ, ਠੀਕ ਹੈ, ਜੋ ਬਾਅਦ 'ਚ ਪਤਾ ਲੱਗਾ ਬਾਈਕ 'ਤੇ ਸੀਗਾ, ਉਹਨਾਂ ਨੇ ਥੋੜ੍ਹੀ ਜਿਹੀ ਗੱਲਬਾਤ ਹੋਈ, ਉਸ ਤੋਂ ਬਾਅਦ ਦੋ ਫਾਇਰ ਕੀਤੇ ਨੇ, ਗੋਲੀ ਕਿਸੇ 'ਤੇ ਲੱਗੀ ਨਹੀਂ, ਤਫਤੀਸ਼ ਜਾਰੀ ਆ।